ਡਾਕਟਰ ਨਰਿੰਦਰ ਸਿੰਘ ਕਪੂਰ ਜੀ ਕਿਤਾਬ ਕੁੰਜੀਆਂ ਪਤਨੀ ਦੇ ਬਾਰ-ਬਾਰ ਕਹਿਨ ਤੇ ਇੱਕ ਪਤੀ ਆਪਣੇ ਪਿਤਾ ਨੂੰ ਵਿਰਦ ਆਸ਼ਰਮ ਛੱਡ ਆਇਆ ਸੀ ਪਤਨੀ ਨੇ ਪਤੀ ਨੂੰ ਮੁੜ ਵਿਰਦ ਆਸ਼ਰਮ ਵਿੱਚ ਇਹ ਕਹਿਣ ਲਈ ਭੇਜਿਆ ਕਿ ਪਿਤਾ ਜੀ ਤਿਹਾਰ ਵਾਲੇ ਦਿਨ ਵੀ ਛੁੱਟੀ ਨਾ ਆਇਆ ਕਰਨ ਕਰਨਾ ਵਾਪਸ ਆ ਜਾਇਆ ਕਰਨ ਇਸ ਉਦੇਸ਼ ਲਈ ਪੁੱਤਰ ਵਾਪਸ ਗਿਆ ਕਿ ਵਿਰਦ ਆਸ਼ਰਮ ਦੇ ਪ੍ਰਬੰਧਕ ਨਾਲ ਪੱਕਾ ਕਰ ਆਵੇ ਕਿ ਪਿਤਾ ਜੀ ਨੂੰ ਛੁੱਟੀ ਨਾ ਦਿੱਤੀ ਜਾਵੇ ਪਰ ਪੁੱਤਰ ਨੇ ਵੇਖਿਆ ਕਿ ਪ੍ਰਬੰਧਕ ਨਾਲ ਪਿਤਾ ਜੀ ਬੜੀ ਆਪਨਤ ਨਾਲ ਗੱਲਾਂ ਕਰ ਰਹੇ ਹਨ ਸਨ ਜਿਵੇਂ ਬਹੁਤ ਪੁਰਾਣੇ ਵਖੇ ਫੋਨ ਪੁੱਤਰ ਨੇ ਪ੍ਰਬੰਧਕ ਨੂੰ ਪੁੱਛਿਆ ਤੁਸੀਂ ਮੇਰੇ ਪਿਤਾ ਜੀ ਨੂੰ ਕਦੋਂ ਤੋਂ ਜਾਣਦੇ ਹੋ ਪ੍ਰਬੰਧਕ ਨੇ ਕਿਹਾ ਪਿਛਲੇ 30 ਸਾਲ ਤੋਂ ਜਦੋਂ ਇਹ ਨਾਲ ਲੱਗਦੇ ਅनाथ ਆਸ਼ਰਮ ਵਿੱਚੋਂ ਮੇਰੇ ਕੋਲੋਂ ਪੁੱਤਰ ਗੋਦ ਲੈਣ ਆਏ ਸਨ ਨੈਕਸਟ ਨੀਲ ਆਰਮਸਟ੍ਰਾਂਗ ਦੇ ਚੰ드ਰਮਾ ਤੇ ਜਾਣ ਤੋਂ ਪਹਿਲਾਂ ਇੱਕ ਮਾਰੂਥਲ ਵਿੱਚ ਉਸ ਨੂੰ ਸਿਖਲਾਈ ਦਿੱਤੀ ਗਈ ਸੀ ਤਾਂ ਕਿ ਉਸ ਨੂੰ ਚੰ드ਰਮਾ ਤੇ ਮਾਰੂਥਲ ਵਰਗੀ ਹਾਲਤ ਵਿੱਚ ਵਿਚਰਨ ਵਿੱਚ ਸੌਖ ਹੋਵੇ ਸਿਖਲਾਈ ਵਾਲੀ ਥਾਂ ਦੇ ਨੇੜੇ ਕੁਝ ਆਦੀਵਾਸੀ ਕਬੀਲੇ ਰਹਿੰਦੇ ਸਨ ਜਦੋਂ ਕਬੀਲੇ ਦੇ ਮੁਖੀ ਨੂੰ ਆਰਮਸਟ੍ਰਾਂਗ ਦੇ ਚੰ드ਰਮਾ ਤੇ ਜਾਣ ਬਾਰੇ ਪਤਾ ਲੱਗਿਆ ਤਾਂ ਉਸ ਨੇ ਕਿਹਾ ਉੱਥੇ ਪਵਿੱਤਰ ਆਤਮਾਵਾਂ ਦਾ ਨਿਵਾਸ ਹੈ ਮਿਹਰਬਾਨੀ ਹੋਵੇਗੀ ਜੇ ਤੁਹਾਡਾ ਸੁਨੇਹਾ ਉਹਨਾਂ ਨੂੰ ਪਹੁੰਚਾ ਦਿਓ ਕਬੀਲੇ ਦੇ ਅਨਪੜ ਮੁਖੀ ਨੇ ਆਪਣਾ ਸੁਨੇਹਾ ਆਰਮਸਟ੍ਰਾਂਗ ਨੂੰ ਜਵਾਨੀ ਟਾ ਦਿੱਤਾ ਜਦੋਂ ਅਰਥ ਪੁੱਛਿਆ ਗਿਆ ਤਾਂ ਮੁਖੀ ਨੇ ਕਿਹਾ ਅਰਥ ਮੈਂ ਨਹੀਂ ਦੱਸ ਸਕਦਾ ਕਿਉਂਕਿ ਇਹ ਸੁਨੇਹਾ ਪਵਿੱਤਰ ਆਤਮਾਵਾ ਲਈ ਹੈ ਆਰਮਸਟ੍ਰਾਂਗ ਨੇ ਉਹ ਭਾਸ਼ਾ ਸਮਝਣ ਵਾਲੇ ਇੱਕ ਵਿਅਕਤੀ ਤੋਂ ਸੁਨੇਹੇ ਦਾ ਅਰਥ ਪੁੱਛਿਆ ਤਾਂ ਅਰਥ ਦੱਸਣ ਵਾਲਾ ਹੱਸ ਪਿਆ ਸੁਨੇਹਾ ਸੀ ਇਨ੍ਹਾਂ ਲੋਕਾਂ ਤੇ ਬਿਲਕੁਲ ਵਿਸ਼ਵਾਸ ਨਾ ਕਰਨਾ ਇਹ ਤੁਹਾਡੇ ਤੋਂ ਚੰਨ ਵਾਲੀ ਜ਼ਮੀਨ ਖੋਣ ਆਏ ਹਨ ਨੈਕਸਟ ਪਿੰਡ ਦੇ ਰਸਤੇ ਇੱਕ ਬਹੁਤ ਵੱਡਾ ਪੱਥਰ ਸੀ ਜਿਸ ਕਾਰਨ ਆਵਾਜਾਈ ਨਿਰੰਤਰਨ ਵਿਗਨ ਪੈਂਦਾ ਸੀ ਹਟਾਉਣ ਲਈ ਸੁਝਾਓ ਮੰਗੇ ਗਏ ਇੱਕ ਨੇ ਕਿਹਾ ਇਸ ਦੇ ਟੁਕੜੇ ਕਰਕੇ ਰੇੜਿਆਂ ਤੇ ਲੱਦ ਕੇ ਲੈ ਜਾਇਆ ਜਾਵੇ ਖਰਚਾ 8000 ਹੋਵੇਗਾ ਦੂਜੇ ਨੇ ਕਿਹਾ ਮਜਬੂਤ ਸਰੀਏ ਰੱਖ ਕੇ ਰੋੜ ਕੇ ਲੈ ਜਾਇਆ ਜਾਵੇ ਖਰਚਾ 6000 ਹੋਵੇਗਾ ਇੱਕ ਪਿੰਡੂ ਸੀ ਉਸਨੇ ਕਿਹਾ ਇਸ ਦੇ ਪੱਥਰ ਨਾਲ ਇੱਕ ਵੱਡਾ ਟੋਆ ਪੁੱਟ ਕੇ ਰੋੜ ਕੇ ਪੱਥਰ ਉਸ ਵਿੱਚ ਸੁੱਟ ਕੇ ਉੱਪਰ ਮਿੱਟੀ ਪਾ ਦਿੱਤੀ ਜਾਵੇ ਰਸਤਾ ਪੱਧਰਾ ਹੋ ਜਾਵੇਗਾ ਖਰਚਾ 1000 ਰੁਪਇਆ ਆਵੇਗਾ ਧੰਨਵਾਦ